ਇਹਦਾ ਪਰਪਸ ਇਹ ਹੈਗਾ ਜੀ ਜਿਹੜੀ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਤਿੰਨ ਲੈਵਲ ਤੇ ਹੁੰਦੀਆਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ਰੀ ਕੇਅਰ ਪਹਿਲਾਂ ਅਸੀਂ ਜਿਹੜੀ ਪ੍ਰਾਇਮਰੀ ਕੇਅਰ ਸੀਗੇ ਉਹਦੇ ਵਿੱਚ ਸਾਡਾ ਜਿਹੜਾ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਆਮ ਆਦਮੀ ਕਲੀਨਿਕ ਵਾਲਾ ਉਹਦੇ ਬਹੁਤ ਅੱਛੇ ਰਿਜ਼ਲਟਸ ਆਏ ਆ ਲੋਕ ਬਹੁਤ ਖੁਸ਼ ਆਏ ਉਹਦੇ ਚ ਤਕਰੀਬਨ 31 ਲੱਖ ਤੋਂ ਵੱਧ ਲੋਕ ਇਲਾਜ ਕਰਾ ਚੁੱਕੇ ਆ 580 ਨਵੇਂ ਡਾਕਟਰ ਰੱਖੇ ਗਏ ਆ ਇਸ ਤਰ੍ਹਾਂ ਹੀ ਜਿਹੜੇ ਦੂਜਾ ਸਪੋਰਟਿੰਗ ਸਟਾਫ ਹੈ 2000 ਉਹ ਰੱਖਿਆ ਗਿਆ 2500 ਬੰਦਿਆਂ ਨੂੰ ਜੌਬ ਮਿਲੀ ਹੈ ਔਰ 31 ਲੱਖ ਤੋਂ ਵੱਧ ਲੋਕਾਂ ਨੂੰ ਸਰਵਿਸਿਜ਼ ਮਿਲ ਚੁੱਕੀਆਂ ਅੰਡਰ ਵਨ ਰੂਫ ਲੋਕਾਂ ਨੂੰ ਜਿਹੜਾ ਹੈ ਉਹ ਮਤਲਬ ਉਹਦੇ 'ਚ ਅਸ਼ੋਰਡ ਪ੍ਰੈਜੈਂਸ ਆਫ ਡਾਕਟਰ ਅਤੇ ਮੈਡੀਕਲ ਸਟਾਫ ਉਹਦੇ 'ਚ ਉੱਥੇ ਹੀ ਡਾਇਗਨੋਸਟਿਕ ਟੈਸਟ ਹੁੰਦੇ ਆ ਸਾਰੇ ਉੱਥੇ ਦਵਾਈ ਮਿਲ ਜਾਂਦੀ ਹੈ ਪੇਸ਼ੈਂਟ ਨੂੰ 80-90% ਲੋਕਾਂ ਦਾ ਜਿਹੜੀ ਪ੍ਰੋਬਲਮ ਹੈ ਉਹ ਉਹਨਾਂ ਦੇ ਪਿੰਡ ਜਾਂ ਮਹੱਲੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਸੋਲਵ ਹੋ ਜਾਂਦੀ ਹੈ ਇਸ ਤੋਂ ਬਾਅਦ ਆਉਂਦੀ ਹੈ ਸੈਕੰਡਰੀ ਕੇਅਰ ਜਿਹਦੇ ਵਿੱਚ ਸਾਡਾ ਜਿਵੇਂ ਡਿਸਟ੍ਰਿਕਟ ਹਸਪੀਟਲ ਹੈ ਸਬ ਡਿਵੀਜ਼ਨ ਹਸਪੀਟਲ ਹੈ ਸਾਰੇ ਔਰ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਹੈ ਉਹ ਸਾਰੇ ਆਉਂਦੇ ਆ ਉਹਦੇ ਵਿੱਚ ਉਹਨਾਂ ਨੂੰ ਸਟਰੈਂਥਨ ਕਰਨਾ ਜੀ ਉਹਨਾਂ ਦੇ ਵਿੱਚ ਨਵੀਂ ਜਿਹੜੀ ਜਿੱਥੇ ਬਿਲਡਿੰਗ ਹੈਗੀ ਆ ਉਹਦਾ ਅਸੀਂ ਗੈਪ ਅਨਾਲਿਸਿਸ ਵੀ ਕਰ ਰਹੇ ਹਾਂ ਮੇਰੇ ਤੋਂ ਪਹਿਲਾਂ ਡਾਕਟਰਸ ਦੀ ਟੀਮ ਇੱਥੇ ਆ ਕੇ ਗਈ ਹੈ ਜੀ ਸਾਡੇ ਪ੍ਰਾਈਵੇਟ ਡਾਕਟਰਸ ਆ ਸਾਡੇ ਨਾਲ ਕੋਲੈਬੋਰੇਟ ਕਰ ਰਹੇ ਆ ਉਹ ਸਾਨੂੰ ਸਪੋਰਟ ਕਰ ਰਹੇ ਆ ਡਾਕਟਰ ਸੁਧੀਰ ਆ ਕੇ ਗਏ ਆਪਣੀ ਟੀਮ ਦੇ ਨਾਲ ਉਹ ਦੇ ਜਾ ਕੇ ਨਾ ਗੈਪ ਅਨਾਲਿਸਿਸ ਕਰਦੇ ਆ ਕਿ ਜਿਹੜੀ ਬਿਲਡਿੰਗ ਦੇ ਵਿੱਚ ਆਪਾਂ ਐਗਜ਼ਿਸਟਿੰਗ ਬਿਲਡਿੰਗ ਦੇ ਵਿੱਚ ਕਿਹੜੀਆਂ ਸਰਵਿਸਿਜ਼ ਦੇ ਸਕਦੇ ਹਾਂ ਬਿਲਡਿੰਗ ਦੀ ਕੀ ਰਿਕੁਆਇਰਮੈਂਟ ਹੈ ਐਚ ਆਰ ਦੀ ਡਾਕਟਰਸ ਦੀ ਸਟਾਫ ਦੀ ਕੀ ਰਿਕੁਆਇਰਮੈਂਟ ਹੈ ਔਰ ਇਕਵਿਪਮੈਂਟ ਦੀ ਕੀ ਰਿਕੁਆਇਰਮੈਂਟ ਹੈ ਉਹਦੇ ਨਾਲ ਅਸੀਂ ਜਿਹੜਾ ਹੁਣ ਸੈਕੰਡਰੀ ਕੇਅਰ ਸਰਵਿਸਿਜ਼ ਹੈ ਉਹਨਾਂ ਨੂੰ ਸਟਰੈਂਥਨ ਕਰ ਰਹੇ ਹਾਂ 550 ਡਾਕਟਰ 1 ਜੁਲਾਈ ਨੂੰ ਸਾਡੇ ਕੋਲ ਆ ਜਾਣਗੇ 29 ਹਾਊਸ ਸਰਜਨ ਬਠਿੰਡੇ 'ਚ ਆਉਣੇ ਆ ਤੁਹਾਡੇ ਕੋਲ ਕਿੰਨੇ ਆ ਜੀ 21 ਇਹਨਾਂ ਕੋਲ 21 ਆਉਣੇ ਆ ਜੀ 21 ਡਾਕਟਰ ਜਿਹੜੇ ਹੈਗੇ ਜਿਹੜੇ 24/7 ਉਹਨਾਂ ਦੀ ਜੌਬ ਹੁੰਦੀ ਆ ਹਾਊਸ ਸਰਜਨ ਦੀ ਇਹ ਪਹਿਲਾਂ ਹੁੰਦੇ ਸੀਗੇ ਪਹਿਲਾਂ ਉਹਨਾਂ ਦੀ ਤਨਖਾਹ ਜਿਹੜਾ ਉਹਨਾਂ ਦਾ ਸਟਾਈਪੈਂਡ ਹੁੰਦਾ ਤਨਖਾਹ ਨਹੀਂ ਹੁੰਦੀ ਉਹ ਸੀਗਾ 30,000 ਅਤੇ ਮਾਨ ਸਾਹਿਬ ਨੇ ਵਧਾ ਕੇ ਉਹਨੂੰ ਕਰਤਾ 70,000 ਪਹਿਲਾਂ ਸਾਡੇ ਕੋਲ 88 ਪੋਸਟ ਸੀਗੀਆਂ 88 ਅਤੇ ਉਹ 88 ਬੰਦੇ ਸਾਡੇ ਕੋਲ ਆਉਂਦੇ ਨਹੀਂ ਸੀਗੇ ਇਸ ਵਾਰੀ 550 ਪੋਸਟਾਂ ਕੀਤੀਆਂ ਅਤੇ 1,000 ਤੋਂ ਵੱਧ ਬੰਦਿਆਂ ਨੇ ਅਪਲਾਈ ਕਰਤਾ ਉਹ ਅਸੀਂ ਉਹਨਾਂ ਦੀ ਰਿਕਰੂਟਮੈਂਟ ਹੋ ਗਈ ਆ ਔਨਲਾਈਨ ਸਾਰਾ ਕੁਝ ਹੋ ਗਿਆ ਅਤੇ ਉਹਨਾਂ ਦੀ ਪਲੇਸਮੈਂਟ ਵੀ ਅਸੀਂ ਔਨਲਾਈਨ ਕਰ ਰਹੇ ਹਾਂ ਉਹ ਸਾਰੇ ਹਸਪਤਾਲਾਂ ਦੇ ਵਿੱਚ ਜਿਹੜਾ ਫ੍ਰੀਕੁਐਂਟ ਕੰਪਲੇਂਟਸ ਆਉਂਦੀਆਂ ਸੀ ਵੀ ਡਾਕਟਰ ਨਹੀਂ ਹੈ ਜੀ ਮੰਨ ਲਓ ਦੇਖੋ ਕਿਤੇ ਕੋਈ ਫਾਰਮਾਸਿਸਟ ਪੱਟੀ ਕਰ ਰਿਹਾ ਜਾਂ ਕਲਾਸ 4 ਕਰ ਰਿਹਾ ਡਾਕਟਰ ਵੀ ਹੋਣਗੇ ਇਸੇ ਤਰ੍ਹਾਂ 2000 ਬੰਦਿਆਂ ਦੀ ਭਰਤੀ ਹੋ ਰਹੀ ਹੈ ਉਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਨਵੀਆਂ ਬਿਲਡਿੰਗਸ ਬਣ ਗਈਆਂ ਪੁਰਾਣੀਆਂ ਦੀ ਮੇਨਟੇਨੈਂਸ ਮੈਂ ਜਿਹੜੀ ਇੱਕ ਗਰਾਊਂਡ ਹੈਗੀ ਆ ਜ਼ਮੀਨੀ ਪੱਧਰ 'ਤੇ ਜਾ ਕੇ ਉਹ ਦੇਖ ਕੇ ਵੀ ਕਿਹੜੀਆਂ ਦਿੱਕਤਾਂ ਆ ਰਹੀਆਂ ਔਰ ਸਾਰੇ ਪੰਜਾਬ ਦਾ ਅਸੀਂ ਜਿਹੜਾ ਇਕਵਿਪਮੈਂਟ ਦਾ ਸਰਵੇ ਕਰ ਰਹੇ ਹਾਂ ਜਿੱਥੇ ਕਿਤੇ ਕਈ ਜਗ੍ਹਾ 'ਤੇ ਸਮਾਨ ਪਿਆ ਹੋਇਆ ਕਈ ਜਗ੍ਹਾ 'ਤੇ ਡਾਕਟਰ ਬੈਠੇ ਹੋਏ ਆ ਕਿਤੇ ਬਿਲਡਿੰਗ ਹੈਗੀ ਆ ਉਹਨਾਂ ਨੂੰ ਆਪਸ ਵਿੱਚ ਰੈਸ਼ਨਲਾਈਜੇਸ਼ਨ ਕਰਕੇ ਕਿਤੇ ਐਨਸਥੈਟਿਸਟ 5 ਹੈ ਕਿਤੇ ਕੋਈ ਵੀ ਨਹੀਂ ਹੈ ਸੋ ਉਹਨਾਂ ਨੂੰ ਰੈਸ਼ਨਲਾਈਜੇਸ਼ਨ ਕਰਕੇ ਜਿਵੇਂ ਤੁਹਾਡੇ ਵੀ ਇੱਥੇ ਵੀ ਗਾਇਨੋਕੋਲੋਜਿਸਟ ਮੇਰੇ ਖਿਆਲ ਤੁਸੀਂ ਹੋ ਮੈਡਮ ਇੱਕ ਹੋਰ ਹੈ ਇੱਕ ਡਾਕਟਰ ਉਹ ਮੈਟਰਨਿਟੀ ਲੀਵ ਦੇ ਉੱਤੇ ਹੈ ਨਾ ਜੀ ਗਾਇਨੋਕੋਲੋਜਿਸਟ ਦੀ ਸ਼ੋਰਟੇਜ ਹੈ ਰੇਡੀਓ ਡਾਇਗਨੋਸਿਸ ਦੇ ਵਿੱਚ ਸ਼ੋਰਟੇਜ ਹੈ ਈਵਨ ਮੈਡੀਕਲ ਸਪੈਸ਼ਲਿਸਟ ਘੱਟ ਹੈ ਉਹਨਾਂ ਦੀ ਰਿਕਰੂਟਮੈਂਟ ਵੀ ਕਰ ਰਹੇ ਹਾਂ ਔਰ ਜਿਹੜੇ ਸਾਡੇ ਕੋਲ ਜਿਹੜੇ ਪੋਸਟ ਗ੍ਰੈਜੂਏਟ ਕਰਨ ਜਾਂਦੇ ਆ ਟ੍ਰੇਨਿੰਗ ਕਰਨ ਜਾਂਦੇ ਆ ਉਹਨਾਂ ਨੂੰ ਜਿਹੜਾ ਹੈਗਾ ਜਦੋਂ ਵਾਪਸ ਆਉਂਦੇ ਆ ਉਹਨਾਂ ਨੇ ਪਹਿਲਾਂ 15 ਸਾਲ ਤੋਂ ਨਹੀਂ ਕੀਤਾ ਇਹ ਲੇਕਿਨ ਅਸੀਂ ਸਾਰਿਆਂ ਦੀ ਪਲੇਸਮੈਂਟ ਕਰ ਰਹੇ ਹਾਂ ਉਹਨਾਂ ਦੀ ਵੀ ਉਹਨਾਂ ਨੂੰ ਜਾ ਕੇ ਹਸਪਤਾਲਾਂ ਦੇ ਵਿੱਚ ਐਜ਼ ਪਰ ਬੌਂਡ 2 ਸਾਲ ਦੀ ਸਰਵਿਸ ਦੇਣ ਸਾਨੂੰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ